ਜੀ ਗੱਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਹੁਣ ਦੋ ਕੁ ਪ੍ਰੋਬਲਮਾਂ ਬਾਰੇ ਗੱਲਬਾਤ ਕਰਾਂਗੇ ਕਿਸਾਨ ਭਰਾਵੋ ਜਿਹੜੀਆਂ ਅਗਲੇ ਦਿਨਾਂ ਦੇ ਵਿੱਚ ਤੁਹਾਡੇ ਅੱਗੇ ਆ ਸਕਦੀਆਂ ਨੇ ਵੀਡੀਓ ਦੇ ਵਿੱਚ ਐਂਡ ਤੱਕ ਬਣੇ ਰਹੋ ਤਾਂ ਜੋ ਉਹਨਾਂ ਬਾਰੇ ਆਪਾਂ ਪਹਿਲਾਂ ਤੋਂ ਹੀ ਸਤਰਕ ਹੋ ਜਾਈਏ ਉਸ ਵਿਸ਼ੇ ਤੇ ਗੱਲ ਕਰਦੇ ਹਾਂ ਕਿਸਾਨ ਭਰਾਵੋ ਜੇਕਰ ਨਵੇਂ ਚੈਨਲ ਤੇ ਆਏ ਹੋ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਹੁਣ ਇੱਕ ਤਾਂ ਜਿਵੇਂ ਕਿ ਜਿਹੜੀਆਂ ਕਿਸਮਾਂ ਹੁਣ ਐਸ ਸਟੇ ਤੇ ਚਲੀਆਂ ਕਿੰਨਾ ਉਹਨਾਂ ਦਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਕੋਈ ਖਾਸ ਉਹਨਾਂ ਤੇ ਪ੍ਰੈਸ਼ਰ ਨਹੀਂ ਪੈਣਾ ਇਸ ਚੀਜ਼ ਦਾ ਗਰਮੀ ਦਾ ਜਿਆਦਾ ਤੇ ਬਾਕੀ ਜਿਹੜਾ ਹੁਣ ਜਿਹੜੀਆਂ ਪਸੇਤੀਆਂ ਨੇਗੀਆਂ ਲੱਗੀਆਂ ਹੋਣਾਂ ਜਿਹੜੀਆਂ ਹੁਣ ਨਸਾਰਾ ਜਾਂ ਤਾਂ ਲੈ ਰਹੇ ਇਹਨਾਂ ਨੇ ਜਾਂ ਨਸਾਰੇ ਵੱਲ ਨੂੰ ਵਧ ਰਹੇ ਇਹਨਾਂ ਨੇ ਕਾਫੀ ਪਸੇਤੀਆਂ ਜਿਹੜੀਆਂ ਕਿਸਮਾਂ ਲੱਗੀਆਂ ਹੁੰਦੀਆਂ ਨੇਗੀਆਂ ਆ ਆਪਾਂ ਕਹიდੀਏ ਅਗਸਤ ਦੇ ਸ਼ੁਰੂਆਤ ਦੇ ਵਿੱਚ ਜਾਂ 1 ਅਗਸਤ ਤੱਕ ਤਾਂ ਉਹਨਾਂ ਦਾ ਹੁਣ ਗੋਬ ਦਾ ਟਾਈਮ ਆਗਾ ਭਾਵੇਂ ਕਿ ਉਹ ਥੋੜੇ ਸਮੇਂ ਵਾਲੀਆਂ ਕਿਸਮਾਂ ਨੇ ਪੀਆਰ 126 ਦੇ ਮੇਲ ਦੀਆਂ ਕਿਸਮਾਂ ਤਾਂ ਉਹਨਾਂ ਦੇ ਉੱਤੇ ਨਾ ਤੁਹਾਨੂੰ ਕਿਸਾਨ ਭਰਾ ਉਹ ਇੱਕ ਸ਼ੌਟ ਲਾਉਣ ਦੀ ਕੋਸ਼ਿਸ਼ ਕਰਾਂਗੇ ਅ ਦੇਖੋ ਲੀਫ ਹੋਲਡਰ ਵਾਲੇ ਭਮੱਕੜ ਦੇ ਨਾਲ-ਨਾਲ ਜਿਹੜਾ ਪੱਤਲਾ ਲਵੇੜਦਾ ਭਮੱਕੜ ਆ ਉਹਦੇ ਨਾਲ-ਨਾਲ ਤੁਹਾਨੂੰ ਇੱਕ ਚਿੱਟਾ ਭਮੱਕੜ ਮਿਲਦਾ ਜਿਹਦੇ ਦੋ ਬਿੰਦੂ ਜੇ ਹੁੰਦੇ ਆ ਜਿਹੜਾ ਕਿ ਆਪਾਂ ਕਹਿੰਦੇ ਆ ਕਿ ਸਟੈਨ ਬੋਰਰ ਦਾ ਜਿਹੜਾ ਗੋਭ ਦੀ ਸੁੰਡੀ ਦਾ ਭਮੱਕੜ ਆ ਉਹ ਕਾਫੀ ਮਿਲ ਰਿਹਾ ਹੋਊਗਾ ਆਮ ਹੀ ਆਪਾਂ ਜਦੋਂ ਖੇਤਾਂ ਦੇ ਵਿੱਚ ਵੇਲਟ ਕਰਦੇ ਆ ਉੱਥੇ ਆਪਾਂ ਨੂੰ ਪੱਤਿਆਂ ਦੇ ਉੱਤੇ ਬੈਠਾ ਮਿਲ ਜਾਂਦਾ ਖਾਸ ਕਰਕੇ ਉਹ ਜਿਵੇਂ ਕਿ ਇਹ ਝੋਨਾ ਇਹਦੇ ਉੱਤੇ ਨਹੀਂ ਜਿਆਦਾ ਦਿਖਾਈ ਦਿੰਦਾ ਇਹਦੇ ਤੇ ਬਹੁਤ ਘੱਟ ਦਿਖਾਈ ਦਊ ਉਹ ਦਿਖਾਈ ਦੇਊਗਾ ਆਪਾਂ ਨੂੰ ਕੱਚੇ ਝੋਨੇ ਤੇ ਜਿਵੇਂ ਕਿ ਕਈ ਵਾਰੀ ਇਸ ਸਟੇਜ ਤੇ ਝੋਨਾ ਚੱਲ ਰਿਹਾ ਹੁੰਦਾ ਅਜਿਹੇ ਝੋਨੇ ਤੇ ਤੁਹਾਨੂੰ ਬੈਠਾ ਦਿਖਾਈ ਦੇਊਗਾ ਉੱਪਰ ਦੂਰੋਂ ਹੀ ਤੁਹਾਨੂੰ ਦਿਖਾਈ ਦੇਣ ਲੱਗ ਜਾਂਦੇ ਆ ਉਹਦੇ ਪੰਕੜ ਚਿੱਟੇ-ਜਿੱਟੇ ਮੱਕੜ ਬੈਠੇ ਹੁੰਦੇ ਤਾਂ ਹੋਣਾ ਕੀ ਆ ਅਗਲੇ ਦਿਨਾਂ ਦੇ ਵਿੱਚ ਤੁਹਾਡੇ ਜਿਹੜੇ ਪਸੇਤੇ ਝੋਨੇ ਲੱਗੇ ਹੋਏ ਨੇ ਕੋਈ ਵੀ ਕਿਸਮ ਲੱਗੀ ਹੋਈ ਆ ਉਹਨਾਂ ਦੇ ਉੱਤੇ ਪੱਤਾਂ ਲਵੇਟ ਦੇ ਨਾਲ-ਨਾਲ ਪੱਤਾਂ ਲਵੇਟ ਦਾ ਤਾਂ ਜਿਹੜਾ ਟੈਕ ਆਪਾਂ ਨੂੰ ਆਮ ਦਿਖਾਈ ਦੇ ਦੂ ਉਹਦੇ ਨਾਲ-ਨਾਲ ਜਿਹੜੀ ਗੋਭ ਆ ਉਹ ਸੁੱਕਣ ਦੀ ਪ੍ਰੋਬਲਮ ਆ ਸਕਦੀ ਆ ਗੋਭ ਸੁੱਕ ਜਾਣ ਤੋਂ ਪਹਿਲਾਂ-ਪਹਿਲਾਂ ਆਪਾਂ ਨੇ ਕਹਨ ਦਾ ਭਾ ਜਦੋਂ ਤੱਕ ਅੰਡਿਆਂ ਦੇ ਵਿੱਚੋਂ ਸੁੰਡੀ ਨੇ ਨਿਕਲਣਾ ਬੱਚਿਆਂ ਨੇ ਨਿਕਲਣਾਗਾ ਉਦੋਂ ਤੱਕ ਆਪਾਂ ਨੇ ਇਹ ਕੰਮ ਕਰ ਲੈਣਾ ਹੁੰਦਾ ਕਿ ਹੁਣ ਹੋਊਗਾ ਕੀ ਕਿਸਾਨ ਭਰਾਵੋ ਇਸ ਤੋਂ ਬਾਅਦ ਇਹਨਾਂ ਨੇ ਆਂਡੇ ਦੇ ਦੇਣੇ ਆ ਜੇਕਰ ਮੌਸਮ ਨੇ ਸਾਥ ਦਿੱਤਾ ਤਾਂ ਇਹਨਾਂ ਦਾ ਇਹਨਾਂ ਦੇ ਵਿੱਚੋਂ ਜਿਹੜੇ ਬੱਚੇ ਨਿਕਲਣਗੇ ਉਹ ਤੁਹਾਡੇ ਜਿਹੜੇ ਗੋਬਾਂ ਨੇ ਉਹ ਅਗਲੇ ਦਿਨਾਂ ਦੇ ਵਿੱਚ ਸੁੱਕੀਆਂ ਦਿਖਾਈ ਦੇਣ ਲੱਗ ਜਾਣੀਆਂ ਇਸ ਤੋਂ ਪਹਿਲਾਂ ਕਿ ਉਹ ਅਟੈਕ ਕਰੇ ਆਪਾਂ ਨੂੰ ਜਦੋਂ ਵੀ ਲੱਗਦਾ ਕਿ ਹੁਣ ਸ਼ੁਰੂਆਤ ਹੋਣ ਵਾਲੀ ਆ ਜਾਂ ਪਮਕੜ ਫਿਰਦੇ ਨੂੰ ਘੱਟ ਤੋਂ ਘੱਟ ਇੱਕ ਹਫ਼ਤਾ ਹੋ ਗਿਆ ਅੱਜ ਤੋਂ 5-6 ਦਿਨ ਪਹਿਲਾਂ ਦਾ ਇਹ ਚੀਜ਼ ਦਿਖਾਈ ਦੇ ਰਹੀ ਆ ਅਸੀਂ ਦੇਖ ਰਹੇ ਸੀ ਤਾਂ ਤੁਸੀਂ ਸੜਕਿਆ ਕਰ ਦੇਣਾ ਗੋਬ ਦੀ ਸੁੰਡੀ ਵਾਸਤੇ ਇੱਕ ਸਪੈਸ਼ਲ ਸਪੈਸ਼ਲ ਆਪਾਂ ਕਿਉਂ ਕਹਿ ਰਹੇ ਸਾਨੂੰ ਪ੍ਰਭੂ ਪੱਤਾ ਲਵੇਟ ਨੂੰ ਤੇ ਉਹਨਾਂ ਜਿਆਦਾ ਸੀਰੀਅਸ ਨਾ ਲਓ ਜਿੰਨਾ ਜਿਆਦਾ ਆਪਾਂ ਕਹਦੀਏ ਕਿ ਇਹਨੂੰ ਜਿੰਨਾ ਜਿਆਦਾ ਇਹਦੀ ਪ੍ਰੋਬਲਮ ਆਉਂਦੀ ਆ ਆਪਾਂ ਨੇ ਸੜਕਿਆ ਕਰ ਦੇਣਾ ਪੱਤਾ ਲਵੇਟ ਦਾ ਤੇ ਗੋਬ ਦੀ ਸੁੰਡੀ ਵਾਲਾ ਕਿਉਂਕਿ ਇਹਨਾਂ ਨੂੰ ਇੱਕੋ ਹੀ ਦਵਾਈਆਂ ਲਗਭਗ ਖਤਮ ਕਰ ਦਿੰਦੀਆਂ ਨੇ ਤੁਸੀਂ ਦਵਾਈ ਕੋਈ ਵੀ ਵਰਤ ਸਕਦੇ ਹੋ ਪਰ ਧਿਆਨ ਰੱਖਣਾ ਕਿ ਸਾਨੂੰ ਪ੍ਰਭੂ ਉਸ ਤੋਂ ਬਾਅਦ ਜਦੋਂ ਗੋਬਾਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਆਪਾਂ ਨੂੰ ਲੱਗਦਾ ਹੁੰਦਾ ਕਿ ਯਾਰ ਆਪਣੇ ਗੋਬ ਦੀ ਸੁੰਡੀ ਦਾ ਅਟੈਕ ਆ ਗਿਆ ਫਿਰ ਕੀ ਕਰਦੇ ਆ ਬਹੁਤ ਸਾਰੇ ਭਰਾ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਆਪਾਂ ਇੱਕ ਤੁਹਾਨੂੰ ਭਮੱਕੜ ਬੈਠਾ ਹੋ ਸਕਦਾ ਦਿਖਾਈ ਦੇਵੇ ਪਰ ਸਕਰੀਨ ਦੇ ਉੱਪਰ ਨਹੀਂ ਦੇਖ ਰਿਹਾ ਜਿਹੜੇ ਕੋਈ ਭਮੱਕੜ ਦਿਖਾਈ ਦਿੱਤਾ ਤਾਂ ਤੁਹਾਨੂੰ ਵੱਟ ਦੇ ਲਵੇ ਤਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਇਹਦੇ ਤੇ ਦਵਾਈ ਇੱਕੋ ਕੰਮ ਕਰ ਜੂਗੀ ਬਹੁਤ ਸਾਰੀਆਂ ਦਵਾਈਆਂ ਨੇ ਇੰਗੀਆਂ ਜਿਹੜੀਆਂ ਦੋਨਾਂ ਨੂੰ ਕੰਟਰੋਲ ਕਰ ਲੈਂਦੀਆਂ ਨੇ ਔਰ ਬੇਨਤੀ ਹੈ ਕਿਸਾਨਪਰਭੂ ਇਸ ਚੀਜ਼ ਨੂੰ ਆਪਾਂ ਨੇ ਹੁਣ ਇਹ ਸੋਚ ਕੇ ਚੱਲਣਾ ਕਿ ਅਗਲੇ ਦਿਨਾਂ ਦੇ ਵਿੱਚ ਆਪਣੇ ਜਿਹੜੇ ਗੋਭਾਂ ਨੇ ਉਹ ਨਾ ਕਿਤੇ ਸੁੱਕੀਆਂ ਨਿਕਲਣ ਲੱਗ ਜਾਣ ਫਿਰ ਇਹਦਾ ਕੋਈ ਹੱਲ ਨਹੀਂ ਫਿਰ ਬਹੁਤ ਸਾਰੇ ਵੀਰ ਉਸ ਟਾਈਮ ਤੇ ਗੱਲਬਾਤ ਕਰਦੇ ਹੁੰਦੇ ਕਿ ਸਾਡੇ ਗੋਭਾਂ ਸੁੱਕੀਆਂ ਨਿਕਲ ਹੀ ਜਾਂਦੀਆਂ ਨੇ ਹੁਣ ਕੀ ਕੀਤਾ ਜਾਵੇ ਜਿਹੜਾ ਕੰਮ ਪਹਿਲਾਂ ਕਰਨ ਵਾਲਾ ਹੁੰਦਾਗਾ ਉਹ ਬਾਅਦ ਦੇ ਵਿੱਚ ਨਹੀਂ ਕੀਤਾ ਜਾ ਸਕਦਾ ਇਹਦੇ ਬਾਰੇ ਕਿਸਾਨਪਰਭੂ ਆਪਣੇ ਖੇਤਾਂ ਦੇ ਵਿੱਚ ਖਾਸ ਕਰਕੇ ਪਸੇਤੀਆਂ ਕਿਸਮਾਂ ਵਾਲੇ ਜਿਵੇਂ ਕਿ ਇਹ ਆ ਹੁਣ ਮੁੰਜਰਾ ਮੋੜਗੀ ਇਹਦੇ ਨਾਲ ਇਹਦਾ ਕੋਈ ਆਪਾਂ ਕਹიდੀਏ ਸਬੰਧ ਨਹੀਂ ਹੈਗਾ ਇਹਨੂੰ ਜ਼ਿਆਦਾ ਕਿਤੇ ਪ੍ਰੋਬਲਮ ਆਉਣ ਵਾਲੀ ਨਹੀਂ ਹੈਗੀ ਇਸ ਸਟੇ ਤੇ ਜੇਕਰ ਤੁਹਾਡਾ ਝੋਨਾ ਚੱਲ ਰਿਹਾ ਤਾਂ ਜ਼ਰੂਰ ਕਿਸਾਨ ਭਰਾਵੋ ਪ੍ਰੋਬਲਮ ਆ ਸਕਦੀ ਐ ਇਸ ਚੀਜ਼ ਦੀ ਸੋ ਇੱਕ ਤਾਂ ਇਹ ਕੰਮ ਕਰ ਲੈਣਾ ਹੁਣ ਅਗਲੀ ਗੱਲ ਕਰਦੇ ਹਾਂ ਕਿਸਾਨ ਭਰਾਵੋ ਪਰ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਹਾਨੂੰ ਬੈਠੇ ਮਿਲਣਗੇ ਤੁਹਾਡੇ ਝੋਨੇ ਦੇ ਪੱਤਿਆਂ ਦੇ ਉੱਤੇ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਸਾਫ਼ ਦਿਖਾਉਂਦੀ ਦੇਖ ਸਕਦੇ ਇਹ ਦੂਰੋਂ ਆਮ ਹੀ ਦੇਖਦੇ ਨੇ ਜੇਕਰ ਆਪਾਂ ਪੱਤਾ ਤੋੜੀਏ ਜੇਕਰ ਇਹ ਨਾ ਉੱਡਿਆ ਹਾਂ ਆਪਾਂ ਦੇਖ ਸਕਦੇ ਹਾਂ ਇਹ ਇਸ ਤਰੀਕੇ ਦੇ ਨਾਲ ਨਾ ਤੁਹਾਨੂੰ ਤੁਹਾਡੇ ਪੱਤਿਆਂ ਤੇ ਮਿਲਣਗੇ ਬੈਠੇ ਇਹਨਾਂ ਦੇ ਸ਼ਾਇਦ ਦਿਖਾਈ ਨਹੀਂ ਦੇ ਰਹਾ ਹੁਣ ਕਾਲਾ ਨਿਸ਼ਾਨ ਹੁੰਦਾ ਇੱਕ ਇੱਥੇ ਨਿਸ਼ਾਨੀ ਇਹਨਾਂ ਦੀ ਖਾਸ ਕਰਕੇ ਇਹ ਤੇ ਇਹ ਆਪਣੇ ਆਂਡੇ ਦੇਣ ਦੀ ਦੇਖ ਸਕਦੇ ਹੁਣ ਜਿਹੜੀ ਪ੍ਰਕਿਰਿਆ ਹੈਗੀ ਉਹ ਇਹਨਾਂ ਨੇ ਚਲਾ ਰੱਖੀ ਆ ਤੇ ਅਗਲੇ ਦਿਨਾਂ ਦੇ ਵਿੱਚ ਇਹ ਪ੍ਰੋਬਲਮ ਆਉਗੀ ਹੀ ਆਉਗੀ ਲਗਭਗ ਜੇਕਰ ਮੌਸਮ ਨੇ ਸਾਥ ਇਹਨਾਂ ਦਾ ਦਿੱਤਾ ਜਿਹੜੀ ਇਹ ਚੀਜ਼ ਹੈ ਸੋ ਇਹ ਤਾਂ ਹੋ ਗਿਆ ਤਮੱਕੜ ਬਾਰੇ ਗੱਲਬਾਤ ਹੁਣ ਆ ਅਗਲੀ ਗੱਲਬਾਤ ਇੱਕ ਹੋਰ ਇਦੇ ਨਾਲ ਜੁੜੀ ਆਪਾਂ ਕਰੀਏ ਇਹਨੂੰ ਮਾਰਨ ਨਹੀਂ ਚੱਲਣਾ ਆਪਾਂ ਨੇ ਜਿਹੜੇ ਨੇ ਆਂਡੇ ਦਿੱਤੇ ਆ ਜਿਹੜੇ ਇਹਦੇ ਬੱਚੇ ਨਿਕਲਦੇ ਨੇ ਉਹਨਾਂ ਨੂੰ ਖਤਮ ਕਰਨਾ ਗੋਵ ਚ ਵੜਨ ਤੋਂ ਪਹਿਲਾਂ ਸੋ ਇਹ ਹੋ ਗਈ ਗੱਲ ਹੁਣ ਅਗਲੀ ਗੱਲ ਕਿਸਾਨ ਭਰਾਵੋ ਮੌਸਮ ਤੇ ਕਿਉਂਕਿ ਆਪਾਂ ਦੇਖ ਰਹੇ ਹਾਂ ਪਿਛਲੇ 2-3 ਦਿਨਾਂ ਤੋਂ ਜਿਹੜਾ ਟੈਂਪਰੇਚਰ ਆ ਉਹ ਹਾਈ ਚੱਲ ਰਿਹਾ ਕਿੰਨਾ ਕੁ ਝਾੜ ਤੇ ਅਸਰ ਪੈ ਸਕਦਾ ਜਾਂ ਕਿਹੜੀਆਂ ਕਿਹੜੇ ਟਾਈਮ ਤੇ ਲੱਗੀਆਂ ਹੋਣਆਂ ਕਿਸਮਾਂ ਤੇ ਝਾੜ ਤੇ ਅਸਰ ਪੈ ਸਕਦਾ ਜਿਵੇਂ ਕਿ ਇੱਕ ਤਾਂ ਤੁਸਾਨੂੰ ਦਿਖਾਇਆ ਸੀਗਾ ਉਹ ਦੂਰ ਦਿਖ ਰਿਹਾ ਝੋਨਾ ਲਗਭਗ ਉਹਦੇ ਦਾਣੇ ਨੇ ਜਿਹੜੇ ਉਹ ਪੱਕਣ ਵੱਲ ਨੂੰ ਜਾ ਰਹੇ ਨੇ ਤੇ ਇੱਕ ਆਹ ਸਟੇਜ ਖੜੀ ਆ ਤੁਸੀਂ ਦੇਖ ਸਕਦੇ ਹੋ ਫਲਾਵਰਿੰਗ ਸਟੇਜ ਆ ਇਸ ਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਹੁਣ ਲਗਭਗ ਆਪਾਂ ਕਹਿ ਦਈਏ ਕਿ ਇਹਦੇ ਵਿੱਚ ਜੇਕਰ ਜ਼ਿਆਦਾ ਟੈਂਪਰੇਚਰ ਤੁਹਾਡੇ ਚੱਲਦਾ ਭਾਵੇਂ ਤੁਸੀਂ ਐਸ ਹਿਸਾਬ ਦਾ ਤੁਹਾਡਾ ਚੋਣਾ ਖੜਾਗਾ। ਜਾ ਇਸ ਸਟੇਜ ਤੇ ਇਹਨੂੰ ਪਾਣੀ ਦੀ ਕਿਸਾਨ ਭਰਾਓ ਜਿਵੇਂ ਕਿ ਆ ਦੇਖ ਸਕਦੇ ਤੁਸੀਂ ਇਹਦੀਆਂ ਮੁੰਜਰਾਂ ਬਿਲਕੁਲ ਭਰੀਆਂ ਖੜੀਆਂ ਨੇ ਕਿਉਂਕਿ ਹੁਣ ਲਗਭਗ ਸਾਰੀਆਂ ਦੀਆਂ ਸਾਰੀਆਂ ਵੈਰਾਈਟੀਆਂ ਜਿਹੜੀਆਂ ਜਿੰਨੀਆਂ ਹੀ ਪਸੇਤੀਆਂ ਲੱਗੀਆਂ ਨੇ ਉਹ ਗੋਭ ਤੇ ਚੱਲ ਰਹੀਆਂ ਨੇ ਸਭ ਤੋਂ ਪਿੱਛੇ ਤੇ ਅੱਗੇ ਉਹਦੋਂ ਪੱਕਣ ਵੱਲ ਵੀ ਜਾ ਰਹੀਆਂ ਨੇ ਤੇ ਜਾਂ ਨਸਾਰੇ ਵੱਲ ਜਾ ਰਹੀਆਂ ਨੇ ਇਸ ਤਰੀਕੇ ਨਾਲ ਤਾਂ ਆਪਾਂ ਨੇ ਹੁਣ ਪਾਣੀ ਦੀ ਕਮੀ ਨਹੀਂ ਪਾਣੀ ਲਾਉਂਦੇ ਰਹਿਣਾਗਾ ਜਿੰਨਾ ਚਿਰ ਟੈਂਪਰੇਚਰ ਹਾਈ ਰਹਿੰਦਾਗਾ ਕਿਉਂਕਿ ਹੋ ਸਕਦਾ ਅਗਲੇ 1-2 ਦਿਨਾਂ ਤੱਕ ਜਿਹੜਾ ਮੌਸਮ ਆ ਮੌਸਮ ਵਿਭਾਗ ਦੇ ਅਨਸਾਰ ਬਦਲਣਾ ਸ਼ੁਰੂ ਹੋ ਜੇ ਪਰ ਉਸ ਟਾਈਮ ਤੱਕ ਆਪਾਂ ਨੇ ਇਹ ਕਰਨਾ ਕਿ ਇਹਨੂੰ ਪਾਣੀ ਦੀ ਕਮੀ ਨਹੀਂ ਪੈਣ ਦੇਣੀ ਕਿਉਂਕਿ ਜੇਕਰ ਪਾਣੀ ਦੀ ਕਮੀ ਪੂਗ ਸੰਨ ਪਰ ਉਹ ਪਹਿਲਾ ਨੰਬਰ ਤਾਂ ਕਈ ਵਾਰੀ ਦਾਣੇ ਕਾਲੇ ਹੋ ਜਾਂਦੇ ਆ ਜਿਆਦਾ ਕਮੀ ਪੈਣ ਨਾਲ ਦੂਸਰਾ ਕਾਰਨ ਜਿਹੜੀ ਫਲਾਵਰਿੰਗ ਸਟੇਜ ਆ ਜਿਹੜੀ ਇਹਦੇ ਉੱਤੇ ਜਿਹੜਾ ਪਰਪਰਾਗਨ ਹੋਣਾ ਹੁੰਦਾ ਜਿਹੜਾ ਦਾਣਾ ਬਣਨਾ ਹੁੰਦਾ ਉਹ ਸਭ ਤੋਂ ਵੱਧ ਜ਼ਰੂਰਤ ਹੁੰਦੀ ਆ ਇਹਨਾਂ ਦਿਨਾਂ ਦੇ ਵਿੱਚ ਸੋ ਪਾਣੀ ਦੀ ਕਮੀ ਬਿਲਕੁਲ ਨਹੀਂ ਪੈਂਦਣੀ ਇਹ ਦੋਨਾਂ ਚੀਜ਼ਾਂ ਦਾ ਧਿਆਨ ਰੱਖਣਾ ਕਿ ਸਾਣਾ ਭਰਾਓ ਜਿਹੜੀਆਂ ਪਸ਼ੇਤੀਆਂ ਤੁਹਾਡੀਆਂ ਕੋਈ ਵੀ ਕਿਸਮਾਂ ਲਾਈ ਨਾ ਹੋਣਾਂ ਨੇ ਬਾਸਮਤੀ ਆ ਭਾਵੇਂ ਪੀਆਰ 126 ਆ ਜਾਂ ਕੋਈ ਹਾਈਬ੍ਰਿਡ ਕਿਸਮ ਲਾਈ ਬੈਠਿਆ ਸੋ ਇੰਨੀਆਂ ਕੁ ਬੇਨਤੀਆਂ ਸੀ ਵੀਡੀਓ ਦੇ ਵਿੱਚ ਬਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ